ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਵਿਦਾਈ ਦੇ ਨਾਲ, ਜੋ ਕਿ ਲਿਖਤ ਹੈ ਪ੍ਰਸਿੱਧ ਕਹਾਣੀਕਾਰ ਗੁਰਮਲਕੀਰ ਸਿੰਘ ਕਾਲੋਂ ਜੀ ਦੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਇੱਕ ਵੱਖਰਾ ਜਿਹਾ ਵਿਸ਼ਾ ਹੈ, ਆਪਣੇ ਵਿਚਾਰ ਜ਼ਰੂਰ ਦੱਸਿਓ। ਕਿੰਨੇ ਦਿਨਾਂ ਤੋਂ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ। ਬੜੀ ਵਾਰ ਹੰਭਲਾ ਮਾਰ ਕੇ ਖੜ੍ਹਾ ਹੋਣ ਦੇ ਯਤਨ ਕੀਤੇ ਪਰ ਲੱਤਾਂ ਭਾਰ ਨਹੀਂ ਚੱਲਦੀਆਂ। ਭੂਆ ਸਵੇਰੇ ਸ਼ਾਮ ਪੇੜੇ ਬਣਾ ਕੇ ਆਪਣੇ ਹੱਥੀਂ ਖਵਾ ਜਾਂਦੀ ਆ ਪਰ ਮੇਰਾ ਸਰੀਰ ਜਵਾਬ ਦੇ ਜਾ ਰਿਹਾ। ਇੰਨੀ ਹਿੰਮਤ ਕਿੱਥੋਂ ਲੈ ਆਵਾਂ, ਨਾਲੇ ਸਾਰਾ ਕੁਝ ਆਪਣੇ ਹੱਥ ਥੋੜ੍ਹਾ ਹੁੰਦਾ। ਲੋਕ ਰੱਬ ਮੂਹਰੇ ਹੱਥ ਜੋੜ ਕੇ ਲੰਮੀ ਉਮਰ ਅਤੇ ਸਿਹਤਯਾਬੀ ਦੀਆਂ ਅਰਦਾਸਾਂ ਐਵੇਂ ਥੋੜ੍ਹਾ ਕਰਦੇ ਨੇ। ਅਰਦਾਸਾਂ ਤਾਂ ਮੇਰੀ ਮਾਂ ਨੇ ਵੀ ਪੁੱਤ ਦੀ ਲੰਮੀ ਉਮਰ ਦੀਆਂ ਕੀਤੀਆਂ ਹੋਣਗੀਆਂ ਪਰ ਸਾਡੇ ਹਿੱਸੇ ਆਉਂਦੇ ਹੀ ਇੰਨੇ ਕੁ ਸਾਲ ਨੇ। ਭੂਆ ਕੋਸੇ ਪਾਣੀ ਦਾ ਪਤੀਲਾ ਭਰ ਕੇ ਲਿਆਈ ਆ, ਮੇਰਾ ਜੀ ਨਹੀਂ ਕਰ ਰਿਹਾ ਪੀਣ ਲਈ ਪਰ ਉਸਦੇ ਮੱਥੇ ਉੱਤੇ ਡੂੰਘੀਆਂ ਹੋਈਆਂ ਚਿੰਤਾ ਦੀਆਂ ਲਕੀਰਾਂ ਵੇਖ ਕੇ ਮੈਂ ਹੌਸਲਾ ਜਿਹਾ ਕਰਕੇ ਘੁੱਟ ਭਰਨ ਲੱਗ ਪੈਂਦਾ। ਮਨ ਵਿੱਚ ਸੋਚਦਾ, ਲੋਕ ਐਵੇਂ ਥੋੜ੍ਹਾ ਕਹਿੰਦੇ ਆ ਕਿ ਭੂਆ ਮਾਂ ਵਰਗੀ ਹੀ ਹੁੰਦੀ ਆ। ਪਾਣੀ ਪੀਂਦਿਆਂ ਮੈਨੂੰ ਹੱਥੋਂ ਲੱਗ ਜਾਂਦਾ, ਪਹਿਲਾਂ ਤੋਂ ਉੱਖੜ ਰਿਹਾ ਸਾਹ ਹੋਰ ਔਖਾ ਹੋਣ ਲੱਗਦਾ। ਭੂਆ ਮੇਰਾ ਸਿਰ ਪਲੋਸਣ ਲੱਗਦੀ ਆ, ਮੇਰੀ ਕੰਢ 'ਤੇ ਹੱਥ ਫੇਰਦੀ ਆ। ਕਿੰਨਾ ਚੰਗਾ ਲੱਗਦਾ ਮੈਨੂੰ, ਮੇਰੇ ਤੋਂ ਭੂਆ ਦਾ ਚਿਹਰਾ ਵੇਖਿਆ ਨਹੀਂ ਜਾ ਰਿਹਾ। ਔਖੇ ਹੋ ਕੇ ਅੱਖਾਂ ਖੁੱਲੀਆਂ ਤਾਂ ਭੂਆ ਵੱਲ ਵੇਖਦੇ ਹੀ ਮੇਰੀ ਮਾਂ ਅੱਖਾਂ ਮੂਹਰੇ ਆਣ ਖੜ੍ਹਦੀ ਆ, ਉਹ ਮਾਂ ਜਿਸਦਾ ਮੈਂ ਦੁੱਧ ਪੀਂਦਾ ਰਿਹਾ। ਪਤਾ ਨਹੀਂ ਉਹ ਕਿਤੇ ਹੈ ਵੀ ਕਿ ਨਹੀਂ। ਕਿੰਨਾ ਪਿਆਰ ਕਰਦੀ ਸੀ ਮੈਨੂੰ, ਕਿੰਨੀ ਕਿੰਨੀ ਦੇਰ ਮੈਨੂੰ ਚੁੰਮਦੀ ਚੱਟਦੀ ਰਹਿੰਦੀ ਸੀ। ਉਸਨੂੰ ਮੇਰੀ ਭੁੱਖ ਦਾ ਕਿੰਨਾ ਖਿਆਲ ਰਹਿੰਦਾ ਸੀ। ਲੋਕ ਉਸਦਾ ਨਾਂ ਲੈਂਦਿਆਂ ਉਸਦੇ ਨਾਂ ਪਿੱਛੇ ਮਾਤਾ ਜੋੜ ਕੇ ਹੁਣ ਤੱਕ ਸਤਿਕਾਰ ਕਰਦੇ ਨੇ। ਮੈਂ ਸੁਣਦਾ ਰਿਹਾ, ਇਹ ਸਤਿਕਾਰ ਜੁੱਗਾਂ ਜੁਗਾਂਤਰਾਂ ਤੋਂ ਕਰਦੇ ਆਏ ਨੇ। ਮੈਨੂੰ ਪਤਾ ਨਹੀਂ ਲੱਗਾ ਕਿ ਮੇਰੀ ਚੇਤਨਾ ਇੰਨੇ ਸਾਲਾਂ ਬਾਅਦ ਕਿਵੇਂ ਅਤੇ ਕਿਉਂ ਜਾਗ ਆਈ ਹੈ। ਮੈਨੂੰ ਆਪਣਾ ਜਨਮ ਸਥਾਨ ਯਾਦ ਆਉਣ ਲੱਗਾ ਹੈ। ਦੇਸ਼ਾਂ ਦੀਆਂ ਵੰਡੀਆਂ ਦਾ ਤਾਂ ਸ਼ਾਇਦ ਮੇਰੀ ਮਾਂ ਨੂੰ ਵੀ ਪਤਾ ਨਾ ਹੋਵੇ ਪਰ ਬੋਲੀ ਦੇ ਆਧਾਰ 'ਤੇ ਹੋਈ ਵੱਡੇ ਸਾਰੇ ਪੰਜਾਬ ਦੀ ਵੰਡ ਤੋਂ 2-3 ਮਹੀਨੇ ਪਹਿਲਾਂ ਮੇਰਾ ਜਨਮ ਹੋਇਆ ਸੀ। ਉਦੋਂ ਸਾਡੀ ਨਸਲ ਦੇ ਪੁੱਤਰਾਂ ਦੀ ਬੜੀ ਕਦਰ ਹੁੰਦੀ ਸੀ। ਭੈੜੇ ਮਾਲਕ ਸਾਡੀ ਨਸਲ ਦੀ ਧੀ ਜੰਮਣ 'ਤੇ ਵੀ ਉਵੇਂ ਹੀ ਮੂੰਹ ਚੜਾਉਂਦੇ ਹੁੰਦੇ ਸੀ ਜਿਵੇਂ ਉਹਨਾਂ ਦੇ ਘਰ ਆਪਣੀ ਧੀ ਜੰਮਣ 'ਤੇ ਹੁੰਦਾ ਸੀ। ਮੈਨੂੰ ਨਹੀਂ ਪਤਾ ਮੇਰਾ ਬਾਪ ਕੌਣ ਸੀ ਅਤੇ ਨਾ ਹੀ ਆਪਣੇ ਕਿਸੇ ਭੈਣ ਬਾਰੇ ਕੋਈ ਉੱਗ ਸੁੱਗ ਲੱਗੀ। ਮੇਰੇ ਜਨਮ ਤੋਂ ਬਾਅਦ ਮਾਲਕਣ ਨੇ ਮੇਰੀ ਮਾਂ ਨੂੰ ਕਾਫ਼ੀ ਸਾਰਾ ਗੁੜ ਦਿੱਤਾ ਸੀ ਖਾਣ ਲਈ ਅਤੇ ਆਪਣੇ ਹੱਥੀਂ ਮੇਰਾ ਮੂੰਹ ਮੱਥਾ ਸਾਫ਼ ਕੀਤਾ ਸੀ। ਮੇਰੇ ਜਨਮ ਵੇਲੇ ਗਰਮੀ ਹੋਣ ਕਰਕੇ ਮੇਰੀ ਮਾਂ ਛਾਵੇਂ ਬੈਠੀ ਹੋਈ ਸੀ। ਮੈਨੂੰ ਮਾਂ ਦੇ ਪੇਟ 'ਚੋਂ ਬਾਹਰ ਆ ਕੇ ਚਮਾਸਾ ਮਹਿਸੂਸ ਹੋਇਆ ਸੀ। ਘੰਟੇ ਕੁ ਬਾਅਦ ਮੇਰੀਆਂ ਲੱਤਾਂ ਭਾਰ ਝੱਲਣ ਲੱਗ ਪਈਆਂ ਸੀ। ਮੈਨੂੰ ਭੁੱਖ ਮਹਿਸੂਸ ਹੋਈ ਤਾਂ ਆਪਣੇ ਆਪ ਹੀ ਮਾਂ ਦੇ ਦੁੱਧ ਨਾਲ ਖਿੱਚ ਹੋ ਗਈ। ਦੁੱਧ ਚੁੰਘਣ ਦਾ ਢੰਗ ਬਿਨਾਂ ਕਿਸੇ ਦੇ ਸਿਖਾਏ ਪਤਾ ਨਹੀਂ ਕਿੱਦਾਂ ਆ ਗਿਆ। 5-7 ਘੰਟਿਆਂ ਬਾਅਦ ਮਾਲਕਣ ਨੇ ਮਾਂ ਦੇ ਦੁੱਧ ਉੱਤੇ ਮੇਰੇ ਹੱਕ ਵਿੱਚ ਹਿੱਸੇਦਾਰੀ ਪਾ ਲਈ ਸੀ। ਰਾਤ ਪਈ ਤਾਂ ਮੇਰੇ ਗਲ 'ਚ ਰੱਸਾ ਪਾ ਕੇ ਬੰਨ੍ਹ ਦਿੱਤਾ ਗਿਆ। ਮੈਂ ਆਪਣੇ ਕੰਨੀ ਸੁਣਿਆ, ਆਂਢੀ ਗੁਆਂਢੀ ਮਾਲਕ ਨੂੰ ਵਧਾਈਆਂ ਦੇਣ ਆਏ ਸੀ। ਮੇਰੇ ਪਿੰਡੇ 'ਤੇ ਹੱਥ ਫੇਰ ਕੇ ਜਾਂਦੇ ਸੀ। ਮਾਲਕ ਨੂੰ ਮੰਜੇ 'ਤੇ ਬੈਠੇ ਆਪਣੇ ਬਾਪੂ ਦੀ ਸੇਵਾ ਕਰਦਿਆਂ ਵੇਖ ਮੇਰੇ ਅੰਦਰ ਵੀ ਆਪਣੇ ਬਾਪ ਦੀ ਖਿੱਚ ਜਾਗੀ ਸੀ ਪਰ ਕਿਸ ਨੂੰ ਦੱਸਦਾ। ਉਹ ਤਾਂ ਸ਼ਾਇਦ ਮੇਰੀ ਮਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਉਸਨੂੰ ਕਿੱਥੋਂ ਲਿਆਂਦਾ ਗਿਆ ਸੀ ਅਤੇ ਬਾਅਦ 'ਚ ਕਿੱਥੇ ਛੱਡ ਆਏ। ਮੈਨੂੰ ਪਤਾ ਬਾਪ ਵਾਲੀ ਗੱਲ ਤੋਂ ਤੁਸੀਂ ਸਵਾਲ ਕਰੋਗੇ ਕਿ ਜੇ ਬਾਪ ਦਾ ਪਤਾ ਨਹੀਂ ਤਾਂ ਇਹ ਭੂਆ ਕਿੱਥੋਂ ਆ ਗਈ, ਹੈ ਨਾ? ਸੋਚ ਰਹੇ ਸੀ ਨਾ ਤੁਸੀਂ। ਮੈਂ ਕਈ ਵਾਰ ਸਿਆਣੇ ਲੋਕਾਂ ਨੂੰ ਗੱਲ ਕਰਦੇ ਸੁਣਦਾ ਰਿਹਾ, ਜਿਸ ਘਰ ਦਾ ਖਾਈਏ ਉਸੇ ਦੇ ਹੋ ਕੇ ਰਹਿ ਜਾਈਏ। ਤੁਸੀਂ ਸੁਣਿਆ ਅਤੇ ਸ਼ਾਇਦ ਪਰਖਿਆ ਵੀ ਹੋ
ਮੇਰਾ ਫਰਜ਼ ਸੀ ਕਿ ਜਿਸ ਘਰ ਜੰਮਿਆ ਪਲਿਆ ਅਤੇ ਜਵਾਨ ਹੋਇਆ ਉਸਨੂੰ ਆਪਣਾ ਸਮਝਾਂ ਅਤੇ ਸਮਝਦਾ ਰਿਹਾ। ਫਿਰ ਮੇਰਾ ਮਾਲਕ ਮੇਰੇ ਬਾਪ ਸਮਾਨ ਹੀ ਹੋਇਆ ਨਾ, ਅਤੇ ਮਾਲਕ ਦਾ ਬਾਪ ਮੇਰਾ ਦਾਦਾ ਹੋ ਗਿਆ। ਤੁਸੀਂ ਆਪੇ ਹੀ ਦੱਸ ਦਿਓ, ਜੇ ਮਾਲਕ ਦੀ ਭੈਣ ਨੂੰ ਭੂਆ ਨਾ ਕਹਾਂ ਤਾਂ ਹੋਰ ਕੀ ਕਹਾਂ? ਜੇ ਫਿਰ ਵੀ ਸਮਝ ਨਹੀਂ ਆਈ ਤਾਂ ਮੈਨੂੰ ਉਮਰ ਭਰ ਦਾ ਚਿੱਠਾ ਫੁੱਲਣਾ ਪਊ। ਜੇ ਟਾਈਮ ਹੈਗਾ ਤਾਂ ਸੁਣ ਕੇ ਉੱਠਿਓ। ਚੰਨ ਦੀ ਚਾਨਣੀ ਵਰਗੇ ਚਿੱਟੇ ਰੰਗ ਦੀ ਸੀ ਮੇਰੀ ਮਾਂ। ਛੋਟੇ ਛੋਟੇ ਪਰ ਪਿਆਰੇ ਜਿਹੇ ਸਿੰਘ ਸੀ ਉਸਦੇ, ਉਸੇ ਖੁਰਲੀ 'ਤੇ ਇੱਕ ਦੋ ਹੋਰ ਪਸ਼ੂ, ਨਹੀਂ ਸੱਚ ਜਾਨਵਰ ਬੱਜੇ ਹੁੰਦੇ ਸੀ। ਘਰ 'ਚ ਪੈਦਾ ਹੋਏ ਮਾਹੌਲ ਤੋਂ ਲੱਗਦਾ ਸੀ ਜਿਵੇਂ ਮੇਰੀ ਪੈਦਾਇਸ਼ ਬੇਸਬਰੀ ਨਾਲ ਉਡੀਕੀ ਜਾ ਰਹੀ ਸੀ। ਘਰ ਦੇ ਬੱਚੇ ਮੇਰੇ ਨਾਲ ਹਿੱਸਾ ਵੰਡਾਉਣ ਲਈ ਗਲਾਸਾਂ 'ਤੇ ਨਿਸ਼ਾਨੀਆਂ ਲਾਉਣ ਲੱਗ ਪਏ ਸੀ। ਪੈਦਾ ਹੋਣ ਦੇ ਅਗਲੇ ਦਿਨ ਤੋਂ ਮੈਨੂੰ ਸਵੇਰੇ ਸ਼ਾਮ ਦੁੱਧ ਚੁੰਘਾਇਆ ਜਾਣ ਲੱਗਾ। ਮੇਰਾ ਪੇਟ ਅਜੇ ਭਰ ਨਹੀਂ ਲੱਗਦਾ ਸੀ ਕਿ ਮੇਰਾ ਰੱਸਾ ਖਿੱਚ ਕੇ ਮਾਂ ਤੋਂ ਪਰੇ ਬੰਨ੍ਹ ਦਿੱਤਾ ਜਾਂਦਾ। ਮਾਲਕਣ ਬਾਲਟੀ ਲੈ ਕੇ ਦੁੱਧ ਚੋਣ ਲੱਗਦੀ। ਕਦੇ ਕਦੇ ਮੇਰੀ ਮਾਂ ਨੂੰ ਉਸਦੇ ਪੁੱਤ ਦਾ ਹੱਕ ਖੂਨ ਦਾ ਗੁੱਸਾ ਆਉਂਦਾ। ਉਸਦਾ ਜੀ ਕਰਦਾ ਛੜ ਮਾਰ ਕੇ ਬਾਲਟੀ ਰੋੜ ਦੇਵੇ, ਪਰ ਵਿਚਾਰੀ ਨਰਮ ਸੁਭਾਅ ਦੀ ਸੀ, ਛੇਤੀ ਮੰਨ ਜਾਂਦੀ। ਸ਼ਾਇਦ ਇਸੇ ਕਰਕੇ ਬੜੀ ਸੀਲ ਆ ਕਹਿ ਕੇ ਉਸਨੂੰ ਵਡਿਆਇਆ ਜਾਂਦਾ। ਘਰ ਵਾਲਿਆਂ ਤੋਂ ਸੁਣਨ 'ਚ ਆਉਂਦਾ ਸੀ ਕਿ ਉਦੋਂ ਤੱਕ ਭੈਣ ਭਰਾਵਾਂ 'ਚੋਂ ਮੈਂ ਤੀਜੇ ਨੰਬਰ 'ਤੇ ਸੀ। ਇੱਕ ਦੋ ਮਹੀਨੇ ਲੰਘੇ ਹੋਣਗੇ, ਮਾਂ ਦੇ ਦੁੱਧ ਤੋਂ ਮੇਰਾ ਹੱਕ ਪੂਰੀ ਤਰ੍ਹਾਂ ਖੋ ਲਿਆ ਗਿਆ। ਮੇਰੀ ਮਾਂ ਨੂੰ ਧੋਖਾ ਦੇਣ ਲਈ ਮਿੰਟ ਕੁ ਮੈਨੂੰ ਛੱਡਿਆ ਤਾਂ ਜਾਂਦਾ, ਪਰ ਮਾਂ ਦੇ ਥਣਾਂ 'ਚੋਂ ਦੁੱਧ ਆਉਣ ਹੀ ਲੱਗਦਾ ਸੀ ਕਿ ਰੱਸਾ ਖਿੱਚ ਲਿਆ ਜਾਂਦਾ। ਮੈਂ ਪੂਰੀ ਤਰ੍ਹਾਂ ਖੁਰਲੀ ਉੱਤੇ ਨਿਰਭਰ ਹੋ ਗਿਆ। ਦਿਨ ਮਹੀਨੇ ਲੰਘਦੇ ਗਏ ਅਤੇ ਮੈਂ ਜਵਾਨ ਹੋਣ ਲੱਗਾ। ਮੇਰੇ ਸਿਰ 'ਤੇ ਸਿੰਘ ਉੱਗ ਪਏ। 2.5-3 ਸਾਲ ਦਾ ਹੋਊਂਗਾ ਜਦੋਂ ਮੈਨੂੰ ਹਸਪਤਾਲ ਲੈ ਕੇ ਗਏ ਸੀ। ਮੇਰੇ ਤੋਂ ਨਸਲ ਵਾਧੇ ਦਾ ਹੱਕ ਵੀ ਖੋ ਲਿਆ ਗਿਆ। ਮੈਨੂੰ ਹਾਲੀ ਕੱਢਣ ਦੀਆਂ ਗੱਲਾਂ ਹੋਣ ਲੱਗੀਆਂ। ਉਂਝ ਤਾਂ ਮੈਂ ਉਸੇ ਯਾਨੀ ਆਪਣੇ ਘਰ ਵਿੱਚ ਰਹਿੰਦੇ ਆਪਣੇ ਤੋਂ ਵਡੇਰੀ ਉਮਰ ਦੇ ਦੋ ਬਲਦਾਂ ਦੇ ਗਲ ਪਾਈ ਪੰਜਾਲੀ ਵੇਖਦਾ ਹੁੰਦਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਖੇਤਾਂ ਵਿੱਚ ਜਾ ਕੇ ਕੀ ਕਰਦੇ ਨੇ। ਜਦੋਂ ਵਾਪਸ ਆਉਂਦੇ ਤਾਂ ਬੜੇ ਥੱਕੇ ਹੋਏ ਹੁੰਦੇ ਸੀ। ਕਿੰਨੀ ਕਿੰਨੀ ਦੇਰ ਲੇਟੇ ਰਹਿੰਦੇ ਸੀ ਉਹ। 3 ਕੁ ਸਾਲ ਟੱਪਣ ਤੱਕ ਮੇਰੇ ਸਿੰਘ ਕਾਫੀ ਲੰਮੇ ਹੋ ਗਏ ਸੀ। ਮੈਨੂੰ ਹਾਲੀ ਕੱਢਣ ਦੀਆਂ ਤਿਆਰੀਆਂ ਹੋ ਗਈਆਂ। ਇੱਕੋ ਪੰਜਾਲੀ 'ਚ ਸਾਵੇਂ ਬਲਦ ਦੇ ਖੱਬੇ ਪਾਸੇ ਮੈਨੂੰ ਖੜਾ ਲਿਆ ਗਿਆ। ਮੇਰੀ ਗਰਦਨ ਪੰਜਾਲੀ ਵਿੱਚ ਦੇ ਕੇ ਅਰਲੀ ਅੜਾ ਦਿੱਤੀ ਗਈ। ਮੈਨੂੰ ਗਰਦਨ ਉੱਤੇ ਪੰਜਾਲੀ ਵਾਲੀ ਸਖ਼ਤ ਲੱਕੜ ਬੜੀ ਚੁਭੀ ਸੀ। ਘੰਟਾ ਕੁ ਤਾਂ ਮੈਨੂੰ ਬਿਨਾਂ ਕੁਝ ਖਿੱਚਣ ਦੇ ਤੁਰਨ ਦੀ ਜਾਂਚ ਸਿਖਾਉਂਦੇ ਰਹੇ। ਅਗਲੇ ਦਿਨ ਸਾਡੇ ਪਿੱਛੇ ਸੁਹਾਗਾ ਪਾ ਦਿੱਤਾ। ਸੁਹਾਗਾ ਧੂਣ ਲਈ ਹਲ ਤੋਂ ਘੱਟ ਜ਼ੋਰ ਲੱਗਦਾ ਸੀ, ਪਰ ਮੈਨੂੰ ਜ਼ੋਰ ਲਾਉਣ ਵਿੱਚ ਮਜ਼ਾ ਆਇਆ। ਥੋੜ੍ਹੀ ਦੇਰ ਬਾਅਦ ਮੇਰੀ ਗਰਦਨ ਛਿੱਲੀ ਜਾਣ ਲੱਗੀ, ਦਰਦ ਹੋਣ ਲੱਗ ਪਈ। ਬਾਪੂ ਹੋਰੀ ਮੇਰੀ ਬੜੀ ਪਰਵਾਹ ਕਰਦੇ ਸੀ। 4-5 ਦਿਨ ਤਾਂ ਥੋੜ੍ਹੀ ਥੋੜ੍ਹੀ ਦੇਰ ਮੈਨੂੰ ਪੰਜਾਲੀ ਜੋੜਦੇ ਰਹੇ, ਪਰ ਸੌਣੀ ਬੀਜਣ ਦਾ ਸਮਾਂ ਆ ਗਿਆ ਸੀ। ਮੇਰੀ ਗਰਦਨ ਉੱਤੇ ਪੰਜਾਲੀ ਵਾਲੀ ਥਾਂ ਸਖ਼ਤ ਹੋ ਗਈ ਅਤੇ ਉੱਥੋਂ ਵਾਲ ਝੜ ਗਏ। ਹੁਣ ਵਾਂਗ ਝੋਨੇ ਨਹੀਂ ਸੀ ਲਾਉਂਦੇ, ਮੱਕੀ ਬੀਜਦੇ ਹੁੰਦੇ ਸੀ ਉਦੋਂ। ਮੱਕੀ ਦੇ ਹਰੇ ਹਰੇ ਟਾਂਡੇ ਕਦੇ ਕਦੇ ਸਾਨੂੰ ਵੀ ਕੁਦਰ ਕੇ ਤੂੜੀ ਵਿੱਚ ਰਲਾ ਕੇ ਪਾਉਂਦੇ ਸੀ। ਟਾਂਡਿਆਂ ਵਿਚਲੇ ਰਸ 'ਚ ਮਿਠਾਸ ਹੋਣ ਕਰਕੇ ਬੜਾ ਹੀ ਸਵਾਦ ਲੱਗਦੇ। ਮੈਨੂੰ ਖੇਤੀ ਦੇ ਕੰਮ ਦਾ ਮਜ਼ਾ ਆਉਣ ਲੱਗ ਪਿਆ। ਕਈ ਕਈ ਘੰਟੇ ਹਲ ਖਿੱਚਦਿਆਂ ਮੀਲਾਂ ਦਾ ਪਿੰਡਾ ਤੈਅ ਹੋ ਜਾਂਦਾ। ਥਕੀਵਾਂ ਤਾਂ ਹੁੰਦਾ, ਪਰ ਮੈਂ ਬਹੁਤਾ ਮਹਿਸੂਸ ਨਾ ਕਰਦਾ। ਮੈਂ ਤਨੋ ਮਨੋ ਇੱਕ ਹੋ ਕੇ ਪੰਜਾਲੀ ਜੁੜਿਆ ਰਹਿੰਦਾ। ਮੇਰੀ ਚਾਲ ਢਾਲ ਵੇਖ ਕੇ ਮੇਰੀ ਅਤੇ ਸਾਵੇਂ ਦੀ ਥਾਂ ਬਦਲ ਕੇ ਸੱਜੇ ਪਾਸੇ ਕਰ ਦਿੱਤੀ ਗਈ। ਸੱਜੇ ਪਾਸੇ ਨੂੰ ਉੱਪਰਲਾ ਕਹਿੰਦੇ ਸੀ। ਮੈਨੂੰ ਮਾਲਕ ਆਪਣੇ ਪਿਉਂ ਵਰਗਾ ਲੱਗਣ ਲੱਗ ਪਿਆ। ਮਨ ਹੀ ਮਨ 'ਚ
ਮੈਂ ਉਸਦੇ ਮੁੰਡਿਆਂ ਵਾਂਗ ਉਸਨੂੰ ਡੈਡੀ ਮੰਨਣ ਲੱਗ ਪਿਆ। ਉਹ ਮੈਨੂੰ ਪਿਆਰ ਵੀ ਕਰਦਾ ਸੀ। ਮੈਂ ਕਦੇ ਉਸਨੂੰ ਮੌਕਾ ਨਹੀਂ ਸੀ ਦਿੰਦਾ ਕਿ ਤੇਜ਼ ਤੋਰਨ ਲਈ ਮੈਨੂੰ ਹੱਥ 'ਚ ਫੜੀ ਬਾਂਸ ਦੀ ਸੋਟੀ ਮਾਰੇ। ਸਾਵੇ ਨੂੰ ਕਦੇ ਕਦੇ ਪ੍ਰਾਣੀ ਦੀ ਹੁੱਜ ਵੱਜ ਜਾਂਦੀ। ਸੋਹਣੀ ਬੀਜੀ ਗਈ ਤਾਂ ਅਸੀਂ ਵਿਹਲੇ ਹੋ ਗਏ, ਪਰ ਮੈਨੂੰ ਵਿਹਲਾ ਬੈਠਣਾ ਚੰਗਾ ਨਾ ਲੱਗਦਾ। ਕਾਂਤਾ ਸਕੂਲੋਂ ਆ ਕੇ ਸਾਨੂੰ ਛੱਪੜ ਵੱਲ ਲੈ ਜਾਂਦਾ। ਛੱਪੜ ਦਾ ਪਾਣੀ ਮੈਨੂੰ ਬੜਾ ਸਵਾਦ ਲੱਗਦਾ। ਮੈਂ ਅਤੇ ਸਾਵਾ ਘਾਹ ਨੂੰ ਵੀ ਬੁਰਕ ਮਾਰ ਲੈਂਦੇ। ਮੇਰੇ ਹਾਲੀ ਹੋਣ ਤੋਂ 2 ਕੁ ਮਹੀਨੇ ਬਾਅਦ ਡੈਡੀ ਦੀ ਭੈਣ ਰੱਖੜੀ ਬੰਨਣ ਆਈ ਸੀ। ਮੈਂ ਉਸਨੂੰ ਪਸੰਦ ਆ ਗਿਆ। ਡੈਡੀ ਨੇ ਭੈਣ ਨੂੰ ਪੁੱਛਿਆ ਕੀ ਲੈਣਾ ਰੱਖੜੀ ਬਦਲੇ। ਭੂਆ ਨੇ ਮੇਰੀ ਨੱਥ ਮੰਗ ਲਈ। ਡੈਡੀ ਥੋੜ੍ਹਾ ਚੱਕਿਆ ਤਾਂ ਉਸਨੇ ਆਪਣਾ ਮੀਨਾ ਦੇਣਾ ਮੰਨ ਲਿਆ। ਯਾਨੀ ਭੈਣ ਭਰਾ ਨੇ ਮੀਨਾ ਅਤੇ ਬੱਗਾ ਵਟਾ ਲਏ। ਅਗਲੇ ਦਿਨ ਭੂਆ ਤਾਂ ਤਾਂਗੇ 'ਤੇ ਬਹਿ ਕੇ ਪਿੰਡ ਮੁੜ ਗਈ ਅਤੇ ਬਾਪੂ ਮੈਨੂੰ ਲੈ ਧੀ ਦੇ ਘਰ ਵੱਲ ਲੈ ਤੁਰਿਆ। ਉਸ ਘਰੋਂ ਤੁਰਨ ਲੱਗਿਆਂ ਮੇਰੇ ਤੋਂ ਪੈਰ ਨਹੀਂ ਸੀ ਪੁੱਟੇ ਜਾ ਰਹੇ। ਵਾਰ ਵਾਰ ਅੱਖਾਂ ਤਰ ਹੋ ਹੀ ਜਾਂਦੀਆਂ ਸੀ। ਮੈਂ ਮਨ ਨੂੰ ਧਰਵਾਸ ਦੇ ਲਈ ਕਿ ਕਿਹੜਾ ਕਿਸੇ ਓਪਰੇ ਘਰ ਜਾ ਰਿਹਾ। ਭੂਆ ਵੀ ਤਾਂ ਮੇਰੇ ਵਾਂਗ ਇਸੇ ਘਰ ਜੰਮੀ ਪਲੀ ਅਤੇ ਵੱਡੀ ਹੋਈ ਸੀ। ਉਸਨੂੰ ਤਾਂ ਇਨਸਾਨ ਹੋ ਕੇ ਘਰ ਛੱਡਣਾ ਪਿਆ ਸੀ। ਮੇਰਾ ਕੀ ਆ, ਬੇਸ਼ੱਕ ਜਾਣ ਵਾਲੇ ਹਾਂ, ਪਰ ਕਿਹਾ ਤਾਂ ਸਾਨੂੰ ਜਾਨਵਰ ਹੀ ਜਾਂਦਾ, ਸਾਡਾ ਤਾਂ ਮੁੱਲ ਵੀ ਪੈਂਦਾ। ਪਰ ਸ਼ੁਕਰ ਹੈ ਕਿ ਮੇਰਾ ਮੁੱਲ ਨਹੀਂ ਸੀ ਪਿਆ। ਮੈਂ ਤਾਂ ਭਰਾ ਵੱਲੋਂ ਭੈਣ ਨੂੰ ਤੋਹਫ਼ਾ ਬਣ ਕੇ ਜਾ ਰਿਹਾ ਸੀ। ਇੰਝ ਮੇਰੇ ਮਨ ਨੇ ਪਹਿਲੇ ਘਰ ਤੋਂ ਵਿਛੋੜੇ ਦਾ ਦਰਦ ਸਹਿ ਲਿਆ। ਭੂਆ ਦੇ ਘਰ ਜਾ ਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਮੀਣਾ ਉਮਰ ਹੰਢਾ ਚੁੱਕਾ ਸੀ। ਸ਼ਾਇਦ ਇਸੇ ਲਈ ਭੂਆ ਨੇ ਮੇਰੀ ਮੰਗ ਕੀਤੀ ਹੋ, ਤਾਂ ਕਿ ਉਹਨਾਂ ਦੇ ਹਾਲੀਆਂ ਦੀ ਜੋੜੀ ਬਣੀ ਰਹੇ। ਅਗਲੇ ਦਿਨ ਬਾਪੂ ਮੀਨੇ ਨੂੰ ਲੈ ਕੇ ਮੁੜ ਗਿਆ ਅਤੇ ਫੁੱਫੜ ਨੇ ਮੈਨੂੰ ਲਾਖੇ ਦੇ ਉੱਪਰਲੇ ਪਾਸੇ ਜੋੜ ਲਿਆ। ਮੇਰੀ ਚਾਲ ਵੇਖ ਕੇ ਫੁੱਫੜ ਖੁਸ਼ ਹੋ ਗਿਆ। ਘਰ ਆ ਕੇ ਉਸਨੇ ਮੇਰੀ ਕੰਢ ਅਤੇ ਪਿੰਡੇ ਉੱਤੇ ਹੱਥ ਫੇਰਿਆ। ਭੂਆ ਨੇ ਮੇਰੇ ਸਿੰਗਾਂ ਨੂੰ ਤੇਲ ਲਾਇਆ। ਪੇਕਿਆਂ ਤੋਂ ਆਇਆ ਹੋਣ ਕਰਕੇ ਭੂਆ ਮੇਰਾ ਖਾਸ ਖਿਆਲ ਰੱਖਣ ਲੱਗੀ। ਉਸਦੇ ਹੱਥੋਂ ਆਟੇ ਦਾ ਪੇੜਾ ਖਾਂਦਿਆਂ ਮੈਨੂੰ ਸਰੂਰ ਜਿਹਾ ਚੜ੍ਹ ਜਾਂਦਾ। ਲਾਖੇ ਦੇ ਉੱਪਰਲੇ ਪਾਸੇ ਹਲ ਜੋਤਦਿਆਂ ਮੈਨੂੰ ਪਤਾ ਹੀ ਨਾ ਲੱਗਦਾ ਕਦ ਖੇਤ ਦੀ ਵਹਾਈ ਸਿਰੇ ਲੱਗ ਜਾਂਦੀ। ਭੂਆ ਆਪਣੇ ਪਤੀ ਦਾ ਪੱਤਾ ਲੈ ਕੇ ਖੇਤ ਆਉਂਦੀ ਤਾਂ 1-2 ਰੋਟੀਆਂ ਵੱਧ ਲਿਆਉਂਦੀ। ਫੁੱਫੜ ਨੂੰ ਖਵਾਉਣ ਤੋਂ ਬਾਅਦ ਉਹ ਆਪਣੇ ਹੱਥੀਂ ਮੇਰੇ ਅਤੇ ਲਾਖੇ ਦੇ ਮੂੰਹਾਂ 'ਚ ਪਾਉਂਦੀ। ਮੈਨੂੰ ਥਕੇਵਾਂ ਭੁੱਲ ਜਾਂਦਾ। ਲਾਖੇ ਨਾਲ ਮੇਰੀ ਕਾਫ਼ੀ ਨੇੜਤਾ ਹੋ ਗਈ ਸੀ। ਉਸਨੇ ਕਦੇ ਦੱਸਿਆ ਤਾਂ ਨਹੀਂ ਸੀ ਆਪਣੇ ਬਾਰੇ, ਪਰ ਘਰ 'ਚ ਹੁੰਦੀਆਂ ਗੱਲਾਂ ਤੋਂ ਮੈਂ ਜਾਣ ਲਿਆ ਸੀ ਕਿ ਲਾਖੇ ਦਾ ਜਨਮ ਉਸੇ ਘਰ 'ਚ ਹੋਇਆ ਸੀ। 1-1.5 ਮਹੀਨਾ ਲੰਘਿਆ ਹੋ, ਮੱਕੀ ਕੱਟੀ ਗਈ ਤਾਂ ਖੇਤਾਂ ਨੂੰ ਕਣਕ ਬਿਜਾਈ ਲਈ ਤਿਆਰ ਕੀਤਾ ਜਾਣ ਲੱਗਾ। ਖੁੱਡੇ ਵਿੱਚ ਤਾੜਿਆ ਕਲਗੀ ਵਾਲਾ ਕੁੱਕੜ ਵਾਂਗ ਦਿੰਦਾ ਤਾਂ ਮੈਂ ਸਮਝ ਜਾਂਦਾ ਕਿ ਰਾਤ ਦੇ ਹਨੇਰੇ ਜਾਣ ਦਾ ਵੇਲਾ ਹੋ ਗਿਆ ਹੈ। ਮੈਂ ਉੱਠਦਾ, ਖੁਰਲੀ ਵਿੱਚ ਬਚੀ ਹੋਈ ਆਪਣੀ ਖੁਰਾਕ ਨੂੰ ਬੁਰਕ ਮਾਰਦਾ ਜਾਂ ਜੁਗਾਲੀ ਕਰਕੇ ਰਾਤ ਦਾ ਖਾਧਾ ਪੀਤਾ ਪਚਾਉਣ ਦੇ ਆਰ 'ਚ ਪੈ ਜਾਂਦਾ। ਲਾਖਾ ਇਸ ਗੱਲੋਂ ਥੋੜ੍ਹਾ ਸੁਸਤ ਸੀ। ਥੋੜ੍ਹੀ ਦੇਰ ਬਾਅਦ ਅੰਦਰਲਾ ਦਰਵਾਜ਼ਾ ਖੁੱਲ੍ਹਣ ਦੀ ਆਹਟ ਸੁਣਦੀ। ਫੁੱਫੜ ਸਾਡੇ ਵੱਲ ਆਉਂਦਾ, ਦੋਹਾਂ ਨੂੰ ਖੋਲ੍ਹ ਕੇ ਨਲਕੇ ਮੂਹਰੇ ਲੈ ਜਾਂਦਾ। ਉਹ ਨਲਕਾ ਗੇੜਦਾ ਅਤੇ ਅਸੀਂ ਦੋਵੇਂ ਵਾਰੀ ਵਾਰੀ ਪਾਣੀ ਪੀਂਦੇ। ਸਾਡੇ ਪਿੰਡੇ 'ਤੇ ਹੱਥ ਫੇਰਦਾ ਹੋਇਆ ਦੋਹਾਂ ਨੂੰ ਪੰਜਾਲੀ 'ਚ ਇਕੱਠਿਆਂ ਕਰਕੇ ਖੇਤਾਂ ਵੱਲ ਤੋਰ ਲੈਂਦਾ। ਉਦੋਂ ਤੱਕ ਲੋਹ ਲੱਗਣੀ ਸ਼ੁਰੂ ਹੋ ਗਈ ਹੁੰਦੀ। ਸਾਡੇ ਖੇਤਾਂ ਦੇ ਥੋੜ੍ਹਾ ਪਰੇ ਕਿਸੇ ਗਿਆਨੀ ਬੰਦੇ ਦੇ ਖੇਤ ਸੀ। ਉਸ ਹਲ ਜੋੜ ਕੇ ਸਾਡੇ ਤੋਂ ਵੀ ਪਹਿਲਾਂ ਆਇਆ ਹੁੰਦਾ। ਉਹ ਉੱਚੀ ਆਵਾਜ਼ 'ਚ ਹੇਕਾਂ ਲਾ ਕੇ ਗੁੱਝੀਆਂ ਰਮਜ਼ਾਂ ਵਿੱਚ ਕੁਝ ਬੋਲਦਾ ਰਹਿੰਦਾ। ਮੈਨੂੰ ਉਸ ਦੀ ਗੱਲ ਦੀ ਸਮਝ ਤਾਂ ਨਾ ਲੱਗਦੀ, ਪਰ ਸੁਰੀਲੀ ਹੇਕ ਕੰਨਾਂ 'ਚ ਮਿਸ਼ਰੀ ਘੋਲਦੀ। ਸ਼ਾਇਦ ਉਹ ਆਪਣੇ ਇਸ਼ਟ ਨੂੰ ਧਿਆਉਂਦਾ ਹੁੰਦਾ ਸੀ। ਚੜ੍ਹਦੇ ਪਾਸਿਓਂ ਸੂਰਜ ਦੀ ਟਿੱਕੀ ਦਿਸਣ ਲੱਗਦੀ ਤਾਂ ਪਹਾੜ ਪਾਸੇ ਪਿੰਡ ਵੱਲੋਂ ਭੂਆ 1 ਹੱਥ ਚਾਹ ਵਾਲਾ ਡੋਲ ਫੜੀ ਆਉਂਦੀ ਦਿਸ ਪੈਂਦੀ।
ਅਸੀਂ ਤੇਜ਼-ਤੇਜ਼ ਕਦਮ ਪੁੱਟਣ ਲੱਗਦੇ ਤਾਂ ਕਿ ਭੂਆ ਦੇ ਪਹੁੰਚਣ ਤੱਕ ਮੱਲੀ ਹੋਈ ਰੈਲ ਦੇ ਰਹਿੰਦੇ ਸਿਆੜ ਪੂਰੇ ਕਰ ਲਈਏ। ਚਾਹ ਵਾਲਾ ਗਲਾਸ ਫੁੱਫੜ ਨੂੰ ਫੜਾ ਕੇ ਭੂਆ ਪੌਣਾ ਖੋਲ੍ਹਦੀ ਅਤੇ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਸਾਡੇ ਦੋਹਾਂ ਦੇ ਮੂਹਰੇ ਕਰ ਦਿੰਦੀ। ਬੜਾ ਅਨੋਖਾ ਜਿਹਾ ਮਜ਼ਾ ਆਉਂਦਾ ਸੀ ਉਹ ਰੋਟੀਆਂ ਚੱਤ ਕੇ ਅੰਦਰ ਲੰਘਾਉਂਦੇ ਹੋਏ। ਜੀਭ ਮਿੱਠੇ ਰਸ ਨਾਲ ਤਰ ਹੋ ਜਾਂਦੀ। ਚਾਹ ਪੀ ਕੇ ਫੁੱਫੜ ਵੀ ਤਾਜ਼ਾ ਜਿਹਾ ਹੋ ਗਿਆ ਹੁੰਦਾ। ਸਾਹ ਲੈਣ ਕਰਕੇ ਸਾਡੀ ਤੋੜ 'ਚ ਤੇਜ਼ੀ ਆ ਜਾਂਦੀ ਅਤੇ ਦੁਪਹਿਰ ਹੋਣ ਤੋਂ ਪਹਿਲਾਂ ਅਸੀਂ ਖੇਤ ਦੀ ਰਹਿੰਦੀ ਮਿੱਟੀ ਫਰੋਲ ਦਿੰਦੇ। ਆਖਰੀ ਸਿਆੜ ਤੋਂ ਬਾਅਦ ਫੁੱਫੜ ਆਪਣੀ ਤੌੜੀ ਵਾਲੀ ਜੁੱਤੀ ਲਾ ਕੇ ਹਾਲ ਦੀ ਜੰਗੀ ਨਾਲ ਮਾਰ ਕੇ ਉਸ ਵਿਚਲੀ ਮਿੱਟੀ ਝਾੜਦਾ ਅਤੇ ਫਿਰ ਪੈਰਾਂ 'ਚ ਪਾ ਲੈਂਦਾ। ਹਲ ਨੂੰ ਚੁੱਕ ਕੇ ਸਾਡੇ ਗਰਦਨ 'ਚ ਫਸੀ ਪੰਜਾਲੀ ਉੱਪਰ ਟੰਗ ਦਿੰਦਾ। ਕਈ ਕਈ ਵਾਰ ਉਹ ਕਹੀ ਫੜ ਕੇ ਖੇਤ ਦੀਆਂ ਗੁੱਠਾਂ ਗੋਡਣ ਲੱਗ ਪੈਂਦਾ। ਅਸੀਂ ਦੋਵੇਂ ਜੁਗਾਲੀ 'ਚ ਮਸਤ ਹੋ ਜਾਂਦੇ। ਫੁੱਫੜ ਦਾ ਇਸ਼ਾਰਾ ਸਮਝ ਕੇ ਅਸੀਂ ਘਰ ਵੱਲ ਤੁਰ ਪੈਂਦੇ ਅਤੇ ਮੋਢੇ ਉੱਤੇ ਕਹੀ ਰੱਖ ਕੇ ਉਹ ਸਾਡੇ ਪਿੱਛੇ ਪਿੱਛੇ ਤੁਰਿਆ ਆਉਂਦਾ। ਉਸ ਸਾਲ ਕਣਕ ਦੀ ਭਰਵੀਂ ਫਸਲ ਵੇਖ ਕੇ ਫੁੱਫੜ ਬੜਾ ਖੁਸ਼ ਹੋਇਆ। ਉਹ ਲੋਕਾਂ ਨੂੰ ਦੱਸਦਾ ਕਿ ਬੱਗਾ ਹਾਲ ਦੇ ਮੂਹਰੇ ਟਰੈਕਟਰ ਜਿੰਨਾ ਜ਼ੋਰ ਲਾ ਦਿੰਦਾ। ਘਰ ਵਾਲੇ ਦੇ ਮੂੰਹੋਂ ਇਹ ਗੱਲ ਸੁਣ ਕੇ ਫਖਰ 'ਚ ਖੀਵੀ ਹੋਈ ਭੂਆ ਦੇ ਪੈਰ ਧਰਤੀ ਤੋਂ ਗਿੱਠ ਉੱਚੇ ਹੋ ਜਾਂਦੇ। ਫੁੱਫੜ ਵੱਲੋਂ ਮੇਰੀ ਸਿਫਤ ਕੀਤੇ ਜਾਣਾ ਮੇਰੀ ਉਸ ਘਰ ਨਾਲ ਆਪਣੱਤ ਵਧਾ ਦਿੰਦਾ। ਇੰਜ ਮੇਰੇ ਚੇਤਿਆਂ 'ਚੋਂ ਜਨਮ ਵਾਲੇ ਘਰ ਦੀਆਂ ਗੱਲਾਂ ਫਿੱਕੀਆਂ ਪੈਣ ਲੱਗ ਪਈਆਂ। ਮੇਰਾ ਰੋਮ ਰੋਮ ਭੂਆ ਨੂੰ ਸਮਰਪਿਤ ਹੋਣ ਲੱਗਾ। ਮੈਂ ਯਤਨ ਕਰਦਾ ਕਿ ਮਲ ਮੂਤਰ ਵੀ ਆਪਣੇ ਖੇਤਾਂ ਜਾਂ ਘਰ ਕਰਾਂ ਤਾਂ ਕਿ ਉਹ ਖਾਦ ਬਣ ਕੇ ਆਪਣੇ ਹੀ ਖੇਤਾਂ ਵਿੱਚ ਜਾਵੇ। ਉਸ ਸਾਲ ਕਣਕ ਘਰ ਆਈ ਤਾਂ ਫੁੱਫੜ ਨੇ ਘਰ ਦਾ ਮੂੰਹ ਮੱਥਾ ਸਵਾਰ ਲਿਆ। ਲੱਗੇ ਹੱਥ ਸਾਡੀ ਖੁਰਲੀ ਵੀ ਪੱਕੀ ਕਰਵਾ ਕੇ ਉਸ ਦੇ ਨਾਲ ਇੱਟਾਂ ਦਾ ਫਰਸ਼ ਬਣਵਾ ਦਿੱਤਾ। ਸਾਡਾ ਬੈਠਣ ਉੱਠਣ ਸੌਖਾ ਹੋ ਗਿਆ। ਮੈਨੂੰ ਬੱਗਾ ਕਹਿ ਕੇ ਬੁਲਾਉਂਦੀ ਭੂਆ ਸਾਲ ਕੁ ਬਾਅਦ ਬੱਗਾ ਪੁੱਤ ਕਹਿਣ ਲੱਗ ਪਈ। ਮੈਂ ਆਪਣੇ ਵੱਲ ਆਉਂਦੀ ਭੂਆ ਦੇ ਫਰਕਣ ਲਈ ਤਿਆਰ ਹੁੰਦੇ ਬੁੱਲਾਂ ਤੋਂ ਸਮਝ ਜਾਂਦਾ ਕਿ ਹੁਣੇ ਉਹ ਮੈਨੂੰ ਬੱਗਾ ਪੁੱਤ ਕਹਿ ਕੇ ਸਿੰਘਾਂ 'ਤੇ ਹੱਥ ਫੇਰ ਕੇ ਅਗਾਂਹ ਜਾਊਗੀ। ਸਾਲ 'ਚ ਮਾਹੀ ਬਾਪੂ ਜ਼ਰੂਰ ਸਾਡੇ ਘਰ ਫੇਰਾ ਮਾਰਦਾ। ਉਸਨੂੰ ਵੇਖ ਕੇ ਪਹਿਲੇ ਘਰ ਦੀਆਂ ਯਾਦਾਂ ਵਾਲੀ ਰੀਲ ਘੁੰਮਣ ਲੱਗ ਪੈਂਦੀ। ਭੂਆ ਦੇ ਦੋਵੇਂ ਮੁੰਡੇ ਜਵਾਨ ਹੋ ਰਹੇ ਸੀ। ਵੱਡਾ ਸੋਨੂੰ ਉਦੋਂ 9ਵੀਂ ਜਮਾਤ 'ਚ ਸੀ ਜਦ ਹਲ ਜੋੜਨ ਦੀ ਜਿੱਦ ਕਰਨ ਲੱਗ ਪਿਆ ਸੀ। ਪਰ ਫੁੱਫੜ ਨੂੰ ਡਰ ਸੀ ਕਿ ਅਣਜਾਣ ਪੁਣੇ 'ਚ ਬਲਦਾਂ ਦੇ ਪੈਰ ਫਾਲ ਨਾ ਦੇਵੇ। ਪਰ ਸੋਨੂ ਦੇ ਚਾਚੇ ਨੇ ਉਸਨੂੰ ਹਲ ਵਾਹੁਣਾ ਸਿਖਾ ਦਿੱਤਾ। ਇੱਕ ਦਿਨ ਭੂਆ ਅਤੇ ਫੁੱਫੜ ਰਿਸ਼ਤੇਦਾਰੀ 'ਚ ਕਿਤੇ ਗਏ ਹੋਏ ਸੀ। ਸੋਨੂ ਸਾਨੂੰ ਜੋੜ ਕੇ ਖੇਤਾਂ 'ਚ ਲੈ ਗਿਆ। ਅਜੇ ਥੋੜ੍ਹੇ ਸਿਆੜ ਕੱਢੇ ਸੀ ਕਿ ਮੋੜ 'ਤੇ ਜਾ ਕੇ ਕਿਸੇ ਰੋੜੇ ਤੋਂ ਉੱਭਰ ਕੇ ਹਲ ਥੋੜ੍ਹਾ ਉੱਪਰ ਆਈ ਅਤੇ ਤਿੱਖਾ ਫਾਲਾ ਲਾਖੇ ਦੇ ਪੈਰ 'ਚ ਖੁੱਭ ਗਿਆ। ਲਹੂ ਤਾਂ ਨਾ ਨਿਕਲਿਆ ਪਰ ਲਾਖੇ ਦਾ ਪੈਰ ਭਾਰ ਨਾ ਝੱਲੇ। ਸੋਨੂ ਨੂੰ ਡੈਡੀ ਦੇ ਡੰਡੇ ਦਾ ਡਰ ਸਤਾਵੇ। ਉਹ ਸਿਆੜ ਵਿੱਚੇ ਛੱਡ ਕੇ ਘਰ ਆਇਆ ਅਤੇ ਆਪਣੇ ਚਾਚੇ ਨੂੰ ਸੱਦ ਲਿਆ। ਚਾਚੇ ਨੇ ਲਾਖੇ ਨੂੰ ਲੰਮਾ ਪਾ ਕੇ ਉਸਦਾ ਜ਼ਖਮ ਧੋਤਾ ਅਤੇ ਪੀਲਾ ਜਿਹਾ ਪਾਊਡਰ, ਸ਼ਾਇਦ ਹਲਦੀ ਕਹਿੰਦੇ ਸੀ ਉਸਨੂੰ, ਉਹ ਲਾ ਦਿੱਤੀ। ਤੀਜੇ ਦਿਨ ਭੂਆ ਫੁੱਫੜ ਦੇ ਵਾਪਸ ਮੁੜਨ ਤੱਕ ਲਾਖੇ ਦਾ ਪੈਰ ਉਸਦਾ ਭਾਰ ਝੱਲਣ ਲੱਗ ਪਿਆ। ਵਾਪਸ ਆਇਆਂ ਨੂੰ ਸੋਨੂ ਨੇ ਤਾਂ ਇਹ ਗੱਲ ਨਾ ਦੱਸੀ ਪਰ ਫੁੱਫੜ ਨੇ ਲਾਖੇ ਦੀ ਤੋਰ ਤੋਂ ਪਹਿਚਾਣ ਲਿਆ ਕਿ ਕੋਈ ਗੜਬੜ ਹੈ। ਪਰ ਉਸਨੇ ਗੱਭਰੂ ਹੋ ਰਹੇ ਪੁੱਤ ਨੂੰ ਗੁੱਸੇ ਹੋਣ ਦੀ ਬਜਾਏ ਸ਼ਾਬਾਸ਼ ਦਿੱਤੀ ਕਿ ਉਹ ਖੇਤੀ ਕੰਮਾਂ 'ਚ ਹਿੱਸੇਦਾਰ ਬਣਨ ਲੱਗ ਪਿਆ। ਫਿਰ ਉਸਨੇ ਸੋਨੂ ਨੂੰ ਹਲ ਵਾਹੁਣ ਦੇ ਨੁਕਤੇ ਸਿਖਾਏ ਅਤੇ ਵਿੱਚ ਵਾਰ ਆਪੇ ਹੀ ਉਸਨੂੰ ਹਲ ਦੀ ਜੰਗੀ ਫੜਾਉਣ ਲੱਗ ਪਿਆ। ਮਹੀਨੇ ਚੜ੍ਹਦੇ ਅਤੇ ਲੰਘਦੇ ਗਏ, ਰੁੱਤਾਂ ਬਦਲਦੀਆਂ ਅਤੇ ਸਾਲ ਬੀਤਦੇ ਗਏ। ਮੈਂ ਆਪਣੇ ਖੇਤਾਂ ਦੇ ਆਸੇ ਪਾਸੇ ਵੇਖਦਾ। ਕਈ ਕਿਸਾਨ ਬਲਦਾਂ ਨੂੰ ਤੇਜ਼ ਤੋਰਨ ਲਈ ਗਾਲਾਂ ਕੱਢਦੇ, ਉਹਨਾਂ ਦੇ ਪਿੰਡੇ ਜਾਂ ਲੱਤਾਂ ਉੱਤੇ ਪ੍ਰਾਣੀ ਮਾਰਦੇ।
ਕਈ ਤੇ ਬੜੇ ਨਿਰਦਈ ਜਿਹੇ ਹੋ ਕੇ ਕੁੱਟਦੇ ਸੀ। ਸੱਟ ਖਾ ਕੇ ਬਲਦ ਕੁਝ ਕਦਮ ਤੇਜ਼ੀ ਨਾਲ ਪੁੱਟਦੇ ਤੇ ਫਿਰ ਉਸੇ ਚਾਲੇ ਪੈ ਜਾਂਦੇ। ਮੈਂ ਵੇਖਦਾ ਸੀ ਕਈ ਬਲਦਾਂ ਦੇ ਪਿੰਡਿਆਂ ਉੱਤੇ ਪੁਰਾਣੀ ਦੀਆਂ ਲਾਸਾਂ ਪਈਆਂ ਹੁੰਦੀਆਂ। ਉਹਨਾਂ ਨੂੰ ਤਾਂ ਪਤਾ ਨਹੀਂ ਸੱਟ ਦਾ ਦਰਦ ਹੁੰਦਾ ਸੀ ਕਿ ਨਹੀਂ, ਪਰ ਲਾਸਾਂ ਵੇਖ ਕੇ ਮੇਰੀਆਂ ਅੱਖਾਂ ਭਰ ਆਉਂਦੀਆਂ। ਨੀਲੇ ਅਸਮਾਨ ਵੱਲ ਮੂੰਹ ਕਰਕੇ ਪੁਕਾਰ ਕਰਦਾ, ਰੱਬਾ ਕਿਉਂ ਸਾਨੂੰ ਇਹੋ ਜਿਹੇ ਬਣਾਇਆ, ਕੰਮ ਵੀ ਕਰੀਏ ਤੇ ਕੁੱਟ ਵੀ ਖਾਈਏ। ਸਾਨੂੰ ਵੀ ਤੇ ਤੂੰ ਉਸੇ ਤਰ੍ਹਾਂ ਦੇ ਹੱਡ ਮਾਸ ਤੋਂ ਬਣਾਇਆ ਜਿਸ ਤੋਂ ਇਹ ਸਾਨੂੰ ਕੁੱਟਣ ਵਾਲੇ ਬਣਾਏ ਨੇ, ਫਿਰ ਅਨਿਆਂ ਕਿਉਂ? ਫਿਰ ਚੇਤਾ ਆਉਂਦਾ, ਅਜੇ ਪਰਸੋਂ ਹੀ ਸੋਨੂੰ ਵੀਰ ਅਖਬਾਰ ਦੀ ਖਬਰ ਸੁਣਾ ਰਿਹਾ ਸੀ ਆਪਣੀ ਮੰਮੀ ਨੂੰ, ਅਖੇ ਬੁੱਢੇ ਪਸ਼ੂ ਲੱਦ ਕੇ ਬੁੱਚੜਖਾਨੇ ਲਿਜਾਂਦਾ ਟਰੱਕ ਪਲਟ ਗਿਆ। ਸੱਟਾਂ 'ਚ ਦੋ ਮਰ ਗਏ। ਜਿਹੜੇ ਲੋਕ ਸਾਲਾਂ ਬੱਧੀ ਸਾਡੇ ਤੋਂ ਕੰਮ ਕਰਵਾ ਕੇ ਜਾਂ ਦੁੱਧ ਪੀ ਕੇ ਨਹੀਂ ਰੱਜਦੇ, ਉਹ ਸਾਡਾ ਮਾਸ ਵੇਚਣ ਤੋਂ ਕਿਉਂ ਨਹੀਂ ਸੰਗਦੇ? ਸ਼ਾਇਦ ਉਹਨਾਂ ਤੋਂ ਤਾਂ ਰੱਬ ਡਰਦਾ ਹੋ। ਚਲੋ ਛੱਡੋ, ਰੱਬ ਨੂੰ ਕਾਹਤੋਂ ਉਲਾਂਭਾ ਦੇਣਾ, ਮੈਂ ਕਿਹੜੇ ਵਿਚਾਰਾਂ 'ਚ ਪੈ ਗਿਆ। ਆਪਣੀ ਗੱਲ ਕਿੱਥੇ ਸੀ? ਹਾਂ, ਥੋੜ੍ਹੇ ਸਾਲ ਲੰਘੇ ਤਾਂ ਫੁੱਫੜ ਨੇ ਗੰਨਿਆਂ ਵਾਲਾ ਵੇਲਣਾ ਲੈ ਆਂਦਾ। ਦੁਸਹਿਰੇ ਦੇ ਥੋੜ੍ਹੇ ਦਿਨ ਬਾਅਦ ਕਮਾਦ ਪੀੜ ਕੇ ਗੁੜ ਬਣਨਾ ਸ਼ੁਰੂ ਹੋ ਗਿਆ। ਮੈਂ ਤੇ ਲਾਖਾ ਵੇਲਣੇ ਦੀ ਗਾਟੀ ਮੂਹਰੇ ਜੋੜ ਦਿੱਤੇ ਜਾਂਦੇ, ਸਾਡੀਆਂ ਅੱਖਾਂ ਉੱਤੇ ਛੋਟੇ ਛੇਕੂ ਜਿਹੇ ਚਾੜ ਦਿੱਤੇ ਜਾਂਦੇ। ਖੋਪੇ ਕਹਿੰਦੇ ਸੀ ਉਹਨਾਂ ਨੂੰ, ਸਾਨੂੰ ਦਿਸਣਾ ਬੰਦ ਹੋ ਜਾਂਦਾ। ਮੈਂ ਸੁਣਿਆ ਸੀ ਆਹ ਪਾਈਪਾਂ ਰਾਹੀਂ ਧਰਤੀ 'ਚੋਂ ਪਾਣੀ ਕੱਢਣ ਤੋਂ ਪਹਿਲਾਂ ਖੂਹਾਂ 'ਚੋਂ ਪਾਣੀ ਕੱਢਣ ਲਈ ਵੀ ਸਾਡੇ ਵਰਗਿਆਂ ਨੂੰ ਜੋੜ ਕੇ ਵੇਲਣੇ ਵਾਂਗ ਚੱਕਰ ਲਵਾਏ ਜਾਂਦੇ ਸੀ। ਖੂਹ ਦੇ ਪਾਣੀ 'ਚੋਂ ਭਰੀਆਂ ਟਿੰਡਾਂ ਨੂੰ ਉੱਪਰ ਲਿਆਉਂਦੇ ਹੁੰਦੇ ਸੀ ਸਾਡੇ ਵੱਡੇ ਵਡੇਰੇ। ਆਟਾ ਪੀਸਣ ਲਈ ਵੀ ਬਲਦ ਜੋੜਦੇ ਰਹੇ ਇਨਸਾਨ, ਖਰਾਸ ਕਹਿੰਦੇ ਸੀ ਆਟਾ ਪੀਸਣ ਵਾਲੇ ਪੱਥਰਾਂ ਨੂੰ। ਸਾਨੂੰ ਆਪਣੇ ਪੱਠੇ ਕੁਤਰਨ ਲਈ ਵੀ ਭੌਂਟਣੀਆਂ ਖਾਣੀਆਂ ਪੈਂਦੀਆਂ ਸੀ। ਅੱਖਾਂ ਬੰਨਣ ਕਰਕੇ ਘੁੰਮਦੇ ਹੋਏ ਸਾਡਾ ਸਿਰ ਨਹੀਂ ਸੀ ਚੁਕਰਾਉਂਦਾ, ਯਾਨੀ ਭੌਂ ਨਹੀਂ ਸੀ ਚੜ੍ਹਦੇ। ਕਈ ਕਈ ਘੰਟੇ ਵੇਲਣੇ ਦੇ ਗੇੜੇ ਕੱਢਦੇ ਰਹਿੰਦੇ ਸੀ ਅਸੀਂ। ਸਵੇਰ ਤੋਂ ਦੁਪਹਿਰ ਹੋਣ ਦਾ ਪਤਾ ਸਾਨੂੰ ਖੋਪੇ ਲੱਥਣ ਤੋਂ ਬਾਅਦ ਲੱਗਦਾ। ਥੋੜ੍ਹੇ ਸਾਲਾਂ ਤੋਂ ਚੰਗੀ ਫਸਲ ਹੋਣ ਲੱਗੀ ਤਾਂ ਫੁੱਫੜ ਦਾ ਹੱਥ ਕਾਫੀ ਸੁਖਾਲਾ ਹੋ ਗਿਆ। ਹਰ ਸਾਲ ਉਹ ਨਾਲ ਲੱਗਦਾ ਇੱਕ ਅੱਧਾ ਕਿੱਲਾ ਖਰੀਦਣ ਲੱਗ ਪਿਆ। 5-7 ਸਾਲਾਂ 'ਚ ਕਿੱਲੇ ਵੱਧ ਗਏ, ਪਰ ਬਲਦਾਂ ਦੀ ਜੋੜੀ ਸਾਡੇ ਵਾਲੀ ਇੱਕੋ ਹੀ ਰਹੀ। ਪਤਾ ਨਹੀਂ ਸੋਨੂੰ ਨੇ ਕਿਤਾਬਾਂ 'ਚੋਂ ਕੁਝ ਨਵਾਂ ਸਿੱਖ ਲਿਆ ਜਾਂ ਕਾਲਜ ਦੀ ਹਵਾ ਲੱਗ ਗਈ ਸੀ, ਉਹ ਡੈਡੀ ਨੂੰ ਟਰੈਕਟਰ ਲੈਣ ਲਈ ਮਨਾਉਣ ਲੱਗ ਪਿਆ। ਛੋਟਾ ਬੀਰਾ ਵੀ ਜਵਾਨ ਹੋ ਗਿਆ ਸੀ। ਸਾਲ ਕੁ ਹੁੰਦੀਆਂ ਰਹੀਆਂ ਸਲਾਹਾਂ ਸਾਡੇ ਕੰਨੀ ਪੈਂਦੀਆਂ ਰਹੀਆਂ। ਮੈਨੂੰ ਅੰਦਰੋਂ ਅੰਦਰ ਡਰ ਲੱਗਣ ਲੱਗ ਪਿਆ ਟਰੈਕਟਰ ਲਿਆ ਕੇ ਸਾਡੀ ਨੱਥ ਕਿਸੇ ਹੋਰ ਨੂੰ ਨਾ ਫੜਾ ਦੇਣ। ਪਰ ਮੇਰਾ ਮਨ ਗਵਾਹੀ ਦਿਆ ਕਰੇ, ਨਹੀਂ ਮੇਰੀ ਭੂਆ ਇੰਜ ਨਹੀਂ ਕਰਨ ਦਿਓ, ਉਹ ਤੇ ਮੈਨੂੰ ਪੁੱਤ ਕਹਿੰਦੀ ਆ, ਪੁੱਤਾਂ ਨੂੰ ਘਰੋਂ ਥੋੜ੍ਹਾ ਕੱਢਦਾ ਕੋਈ। ਇੱਕ ਦਿਨ ਸਾਰੇ ਤਿੰਨੇ ਪਿਓ ਪੁੱਤ ਤਿਆਰ ਹੋ ਕੇ ਨੋਟਾਂ ਦੀਆਂ ਗੱਠੀਆਂ ਬੈਗ 'ਚ ਪਾ ਕੇ ਸ਼ਹਿਰ ਗਏ ਅਤੇ ਸ਼ਾਮ ਨੂੰ ਫਫ ਫਫ ਕਰਦਾ ਚਾਰ ਪਹੀਆਂ ਵਾਲਾ ਹਰੇ ਰੰਗਾ ਲੋਹੇ ਦਾ ਟਰੈਕਟਰ ਘਰ ਲਿਆ ਖੜਾਇਆ। ਪਿੰਡ ਦੇ ਲੋਕ ਵਧਾਈਆਂ ਦੇਣ ਆਉਣ ਲੱਗ ਪਏ। ਕਈ ਆਉਂਦੇ ਜਾਂਦੇ ਸਾਨੂੰ ਗੌਹ ਨਾਲ ਵੇਖ ਕੇ ਲੰਘਦੇ। ਪਤਾ ਨਹੀਂ ਉਹਨਾਂ ਨੂੰ ਸਾਡੀ ਹੋਣੀ ਦਾ ਕਿਆਸ ਕਰਕੇ ਤਰਸ ਆਉਂਦਾ ਸੀ ਜਾਂ ਸਾਡਾ ਪੈਣ ਵਾਲਾ ਮੁੱਲ ਆਂਕਦੇ ਹੋਣ, ਇਹ ਤਾਂ ਉਹੀ ਜਾਣਦੇ ਹੋਣਗੇ। ਪਰ ਮੈਨੂੰ ਡਰ ਸਤਾਉਣ ਲੱਗ ਪਿਆ। ਸਾਡੇ ਖੇਤਾਂ ਦੀ ਯਾਰੀ ਸਾਡੇ ਦੋਹਾਂ ਦੇ ਚਾਰ ਚਾਰ ਖੁਰਾਂ ਦੀ ਥਾਂ ਚਾਰ ਟਾਇਰਾਂ ਨਾਲ ਪੈਣ ਲੱਗ ਪਈ। ਇੱਕ ਹਾਲ ਨਾਲ ਹੌਲੀ ਹੌਲੀ ਫਰੋਲੀ ਜਾਂਦੀ ਮਿੱਟੀ 9 ਫਾਲਿਆਂ ਜਾਂ 12 ਤਵੀਆਂ ਨਾਲ ਤੇਜ਼ੀ ਨਾਲ ਉਥਲ ਪੁਥਲ ਹੋਣ ਲੱਗ ਪਈ। ਦਿਨਾਂ ਦਾ ਕੰਮ ਘੰਟਿਆਂ 'ਚੋਂ ਹੋਣ ਲੱਗ ਪਿਆ। ਆਮ ਕਰਕੇ ਸੋਨੂੰ ਅਤੇ ਵੀਰਾ ਟਰੈਕਟਰ ਚਲਾਉਂਦੇ, ਥੋੜ੍ਹੇ ਕੰਮਾਂ ਲਈ ਮੈਂ ਅਤੇ ਲਾਖਾ ਸਟੈਂਡ ਬਾਈ ਬਣ ਕੇ ਰਹਿ ਗਏ।
ਫੁੱਫੜ ਸਾਨੂੰ ਜੋੜਦਾ। ਖੇਤਾਂ 'ਚ ਪਹੁੰਚ ਕੇ ਅਸੀਂ ਕੀਤੇ ਜਾਣ ਵਾਲਾ ਛੋਟਾ ਮੋਟਾ ਕੰਮ ਮਿੰਟਾਂ 'ਚ ਮੁਕਾ ਲੈਂਦੇ। ਬੇਸ਼ੱਕ ਟਰੈਕਟਰ ਆ ਜਾਣ ਤੋਂ ਬਾਅਦ ਸਾਡੇ ਤੋਂ ਲਿਆ ਜਾਣ ਵਾਲਾ ਖੇਤਾਂ ਦਾ ਕੰਮ ਨਾ ਮਾਤਰ ਰਹਿ ਗਿਆ ਸੀ, ਪਰ ਸਾਡੀ ਖੁਰਾਕ 'ਚ ਕੋਈ ਫਰਕ ਨਹੀਂ ਸੀ ਪਿਆ। ਭੂਆ ਫੁੱਫੜ ਘਰ ਦੇ ਹਾਲਾਤਾਂ 'ਚ ਹੋਏ ਸੁਧਾਰ ਬਾਰੇ ਕਿਸੇ ਨਾਲ ਗੱਲ ਕਰਦਿਆਂ ਸਾਡੀ ਹਿੱਸੇਦਾਰੀ ਦੱਸਣੀ ਨਹੀਂ ਸੀ ਭੁੱਲਦੇ ਹੁੰਦੇ। ਕਦੇ ਕੋਲ ਆ ਕੇ ਗੱਲ ਕਰਨੀ ਤਾਂ ਉਹਨਾਂ ਸਾਡੇ ਵੱਲ ਵੇਖ ਕੇ ਫਖਰ ਕਰਨਾ, ਖੁਰਲੀ ਉੱਤੇ ਬੱਜਿਆਂ ਨੂੰ ਵੀ ਬਚੀਆਂ ਰੋਟੀਆਂ ਅਤੇ ਕਦੇ ਕਦੇ ਆਟੇ ਦੇ ਪੇੜੇ ਦੇਣੇ ਭੂਆ ਨੂੰ ਭੁੱਲੇ ਨਹੀਂ ਸੀ। ਬੇਸ਼ੱਕ ਸਾਡੀ ਖੁਰਲੀ ਵੱਖਰੀ ਸੀ, ਪਰ ਦੋਹਾਂ ਲਵੇਰੀਆਂ ਦੇ ਬਰਾਬਰ ਹਰ ਹਫ਼ਤੇ ਕਾਲਾ ਲੂਣ ਚਟਾਈ ਜਾਣਾ ਅਤੇ ਮਹੀਨੇ ਕੁ ਬਾਅਦ ਬਾਂਸ ਦੀ ਨਾਲ ਵਿੱਚ ਪਾ ਕੇ ਨੈਕਸੁੱਕ ਵਾਲਾ ਕਾੜਾ ਜ਼ਰੂਰ ਪਿਆ ਜਾਂਦਾ ਸੀ। ਡੇਢ ਦੋ ਸਾਲ ਹੋਏ ਸੀ ਟਰੈਕਟਰ ਆਇਆ, ਲਾਖੇ ਨੂੰ ਬੁਖਾਰ ਹੋਇਆ ਜੋ ਚੰਗੇ ਇਲਾਜ ਦੇ ਬਾਵਜੂਦ ਉਸਦੀ ਜਾਨ ਲੈ ਕੇ ਗਿਆ। ਮੈਂ ਹੀ ਜਾਣਦਾ ਉਸਦੇ ਵਿਛੋੜੇ ਦਾ ਕਿੰਨਾ ਦਰਦ ਮਹਿਸੂਸ ਹੋਇਆ ਸੀ। ਬੇਸ਼ੱਕ ਉਸ ਨਾਲ ਖੂਨ ਦਾ ਰਿਸ਼ਤਾ ਨਹੀਂ ਸੀ, ਪਰ ਮੈਨੂੰ ਲੱਗੇ ਜਿਵੇਂ ਅੱਧ ਖੁਸ ਗਿਆ ਹੋਵੇ। ਸਾਂਝ ਤਾਂ ਸਾਡੀ ਇੱਕੋ ਪੰਜਾਲੀ ਤੋਂ ਬਣੀ ਸੀ, ਪਰ ਕਈ ਦਿਨ ਆਪਣੇ ਆਪ 'ਚ ਇਕੱਲਾ ਰਹਿ ਗਿਆ ਮਹਿਸੂਸ ਹੁੰਦਾ। ਭੂਆ ਹਰੇ ਚਾਰੇ ਉੱਤੇ ਆਟਾ ਧੂੜ ਕੇ ਆਪ ਗੁਤਾਵਾ ਕਰਿਆ ਕਰੇ, ਪਰ ਮੇਰਾ ਮੂੰਹ ਲਾਉਣ ਨੂੰ ਜੀ ਨਾ ਕਰਿਆ ਕਰੇ। ਪਰ ਦਿਨ ਲੰਘਦੇ ਗਏ ਅਤੇ ਮੈਂ ਆਪਣੇ ਆਪ ਵਿੱਚ ਆਉਂਦਾ ਗਿਆ। ਵਿਹਲੇ ਰਹਿਣ ਕਰਕੇ ਮੇਰੇ ਅੰਦਰ ਕਿਸੇ ਨੁਕਰੇ ਲੱਗ ਕੇ ਸੁੱਤਾ ਪਿਆ ਆਲਸ ਅੰਗੜਾਈ ਭਰਨ ਲੱਗ ਪਿਆ। ਮੇਰੇ ਪਿੰਡੇ ਦੇ ਵਾਲਾਂ ਦਾ ਦੁੱਧ ਚਿੱਟਾ ਰੰਗ ਫਿੱਕਾ ਪੈਣ ਲੱਗ ਪਿਆ। ਮੈਨੂੰ ਬੁਢਾਪੇ ਦਾ ਅਹਿਸਾਸ ਹੋਣ ਲੱਗਾ। ਥੋੜ੍ਹੇ ਜਿਹੇ ਚਾਰੇ ਨਾਲ ਮੇਰਾ ਪੇਟ ਭਰ ਜਾਂਦਾ। ਮਹੀਨੇ ਦੋ ਮਹੀਨੇ ਬਾਅਦ ਬਾਪੂ ਆਉਂਦਾ ਤਾਂ ਕਿੰਨੀ ਦੇਰ ਮੇਰੇ ਪਿੰਡੇ ਉੱਤੇ ਹੱਥ ਫੇਰਦਿਆਂ ਗੱਲਾਂ ਕਰਦਾ ਰਹਿੰਦਾ। ਮੇਰਾ ਬੜਾ ਮਨ ਕਰਦਾ ਉਸ ਕੋਲ ਆਪਣਾ ਮਨ ਫਰੋਲਾਂ, ਕੁਝ ਬੋਲ ਕੇ ਉਸ ਨਾਲ ਗੱਲ ਕਰਾਂ, ਉਸਦੇ ਨਾਲ ਬਚਪਨ ਜਵਾਨੀ ਅਤੇ ਬੁਢਾਪੇ ਵਾਲੇ ਅਹਿਸਾਸ ਸਾਂਝੇ ਕਰਾਂ। ਵੇਖਿਆ ਜਾਵੇ ਤਾਂ ਹੈ ਵੀ ਤਾਂ ਸਾਡੀ ਅਹਿਸਾਸਾਂ ਦੀ ਸਾਂਝ ਸੀ, ਕੱਚੀ ਕਰੂੰਬਲ ਵਰਗੀਆਂ ਭਾਵਨਾਵਾਂ ਦੀ ਸਾਂਝ ਜੋ ਇੱਕ ਦੂਜੇ ਲਈ ਜਾਨ ਮਾਰਨ ਲਈ ਤਿਆਰ ਰਹਿੰਦੀ ਹੈ। ਇਸੇ ਅਪਣਾਤਾ ਦਾ ਨਿੱਘ ਮੈਨੂੰ ਸਰਦੀਆਂ 'ਚ ਵੀ ਤਰੋ ਤਾਜ਼ਾ ਰੱਖਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕੋਰੇ ਜੰਮੀਆਂ ਰਾਤਾਂ ਮੌਕੇ ਮੈਨੂੰ ਕਦੇ ਕੰਬਣੀ ਨਹੀਂ ਸੀ ਛਿੜੀ। ਕਈ ਵਾਰ ਮੈਨੂੰ ਕੁਦਰਤ ਉੱਤੇ ਗੁੱਸਾ ਆਉਣ ਲੱਗਦਾ, ਉਸਨੇ ਸਾਨੂੰ ਬੇਜ਼ਬਾਨੇ ਬਣਾਉਣ ਲੱਗਿਆਂ ਕਿਉਂ ਨਾ ਸੋਚਿਆ ਕਿ ਸਾਡੇ ਵੀ ਅਹਿਸਾਸ ਨੇ, ਅਸੀਂ ਕਿਸ ਕੋਲ ਆਪਣਾ ਮਨ ਫਰੋਲਿਆ ਕਰਾਂਗੇ। ਸਾਲ ਕੁ ਲੰਘਿਆ ਹੋ, ਭੂਆ ਦੀ ਗਾਂ ਨੇ ਵੱਛੀ ਨੂੰ ਜਨਮ ਦਿੱਤਾ। ਕਈ ਗਵਾਂਢੀ ਦੋਹਰੀ ਵਧਾਈ ਦੇਣ ਆਏ। ਮੈਨੂੰ ਇਹ ਸਮਝ ਨਾ ਲੱਗੀ ਕਿ ਦੋਹਰੀ ਵਧਾਈ ਕਾਹਦੀ। ਘਰ 'ਚ ਦੁੱਧ ਆਉਣ ਵਾਲੀ ਗੱਲ ਤਾਂ ਮੈਨੂੰ ਸਮਝ ਆ ਰਹੀ ਸੀ, ਪਰ ਵੱਛੀ ਦੇ ਜਨਮ ਨੂੰ ਚੰਗਾ ਕਹੇ ਜਾਣਾ ਮੇਰੇ ਖਾਨੇ 'ਚ ਨਹੀਂ ਸੀ ਪੈ ਰਿਹਾ। ਉਹ ਰਾਤ ਮੈਂ ਇਸੇ ਸੋਚ 'ਚ ਲੰਘਾਈ। ਅਗਲੀ ਸਵੇਰੇ ਮੈਨੂੰ ਸਮਝ ਆਈ ਕਿ ਇਹ ਵਕਤ ਦਾ ਗੇੜ ਸੀ। ਸਾਡੇ ਵਾਲੇ ਸਮੇਂ ਲੋਕਾਂ ਨੂੰ ਬਲਦਾਂ ਦੀ ਲੋੜ ਸੀ, ਵੱਛੇ ਦਾ ਜਨਮ ਹੋਣਾ ਸਭ ਨੂੰ ਚੰਗਾ ਲੱਗਦਾ ਸੀ। ਸਮੇਂ ਦੇ ਘੁੰਮਦੇ ਪਹੀਏ ਨੇ ਹੁਣ ਖੇਤੀ ਵਿੱਚ ਮਸ਼ੀਨਰੀ ਦੀ ਲੋੜ ਵਧਾ ਦਿੱਤੀ ਹੈ। ਕਈ ਸਾਲਾਂ ਤੋਂ ਸਾਡੀ ਲੋੜ ਖਾਤਮੇ ਵੱਲ ਰਿੜਦੀ ਜਾ ਰਹੀ ਹੈ। ਹੁਣ ਕਿਸਾਨਾਂ ਨੂੰ ਸਾਡੀ ਨਸਲ 'ਚੋਂ ਵੀ ਪੁੱਤ ਨਹੀਂ ਧੀਆਂ ਚਾਹੀਦੀਆਂ ਨੇ। ਚੋਣ ਵੀ ਕਿਉਂ, ਬਿਨਾਂ ਲੋੜ ਕੌਣ ਕਿਸੇ ਦੀ ਚਾਹਤ ਰੱਖਦਾ। ਜਦ ਸਾਰੀ ਦੁਨੀਆ ਇਹ ਗਰਜ਼ਾਂ ਨਾਲ ਬੱਝੀ ਹੋਈ ਆ, ਫਿਰ ਕਿਸਾਨ ਕਿਉਂ ਪਿੱਛੇ ਰਹਿਣਗੇ। ਪਿਛਲੇ ਸਾਲਾਂ 'ਚ ਮੈਂ ਸੋਨੂੰ ਅਤੇ ਵੀਰੇ ਨੂੰ ਅਖਬਾਰ ਪੜ੍ਹਦੇ ਸੁਣਦਾ ਰਿਹਾ। ਅਖੇ ਫਲਾਣੀ ਥਾਂ ਤੇਜ਼ ਰਫ਼ਤਾਰ ਕਾਰ ਅਵਾਰਾ ਸਾਨ ਵਿੱਚ ਵੱਜੀ। ਹਮੇਸ਼ਾ ਕਾਰ ਦੇ ਨੁਕਸਾਨ ਵਾਲੀ ਗੱਲ ਲਿਖੀ ਹੁੰਦੀ। ਇਹ ਕੋਈ ਨਹੀਂ ਲਿਖਦਾ ਕਿ ਸਾਨਾਂ ਨੂੰ ਸੜਕਾਂ ਵੱਲ ਕਿਸਨੇ ਤੋਰਿਆ। ਮੈਨੂੰ ਲੱਗਦਾ ਉਹ ਸੜਕਾਂ 'ਤੇ ਜਾ ਕੇ ਰੋਸ ਪ੍ਰਗਟਾ ਰਹੇ ਹੁੰਦੇ ਆ, ਉਹਨਾਂ ਦੇ ਜਨਮ ਹੋਣ ਮੌਕੇ ਮੱਥੇ ਉੱਤੇ ਵੱਟ ਪਾਉਣ ਦਾ ਰੋਸ।
ਜਨਮ ਤੋਂ ਮਹੀਨੇ ਦੋ ਮਹੀਨੇ ਬਾਅਦ ਬੇਇੱਜ਼ਤ ਕਰਕੇ ਘਰੋਂ ਕੱਢਣ ਦਾ ਰੋਸ, ਉਹਨਾਂ ਕੋਲੋਂ ਮਾਂ ਦੇ ਦੁੱਧ ਦਾ ਹੱਕ ਖੋਣ ਦਾ ਰੋਸ। ਇਹ ਵੀ ਹੋ ਸਕਦਾ ਉਹਨਾਂ ਦੇ ਮਨਾਂ ਸ਼ਹੀਦ ਹੋਣ ਦਾ ਚਾਅ ਉਮੜ ਆਇਆ ਹੋਵੇ। ਹੈ ਮੈਂ ਕਿਹੜੇ ਵਹਿਣਾ 'ਚ ਬਹਿ ਗਿਆ। ਆਪਣੀ ਗੱਲ ਕਰਦੇ ਕਰਦੇ ਮੈਂ ਬਰਾਦਰੀ ਦੇ ਦਰਦ ਦਾ ਕਿੱਸਾ ਛੋਹ ਲਿਆ। ਭੂਆ ਦਾ ਲਿਆਂਦਾ ਕੋਸਾ ਪਾਣੀ ਪੀ ਕੇ ਮੇਰੇ ਅੰਦਰ ਫਿਰ ਤੋਂ ਜੀਣ ਦੀ ਤਮੰਨਾ ਅੰਗੜਾਈ ਭਰਨ ਲੱਗੀ ਹੈ, ਪਰ ਸਰੀਰ ਦੇ ਅੰਗ ਮੇਰਾ ਕਹਿਣਾ ਨਹੀਂ ਮੰਨ ਰਹੇ, ਹਿਲਜੁਲ ਤੋਂ ਜਵਾਬ ਦੇਈ ਜਾਂਦੇ ਨੇ। ਮੇਰੇ ਸਿਰ 'ਤੇ ਹੱਥ ਫਿਰਦਾ ਵੇਖ ਅੱਖਾਂ ਥੋੜ੍ਹਾ ਖੁੱਲੀਆਂ ਨੇ, ਪਰ ਭੂਆ ਦੇ ਅੱਖਾਂ 'ਚ ਲਗਾਤਾਰ ਡਿੱਗਦੇ ਹੰਝੂ ਦੇਖ ਫਿਰ ਤੇਜ਼ੀ ਨਾਲ ਬੰਦ ਹੋ ਗਏ ਹਾਂ। ਹੁਣ ਤੱਕ ਹਿਲਜੁਲ ਕਰਦੇ ਅੰਗ ਠੰਡੇ ਹੋਣ ਲੱਗ ਪਏ ਨੇ। ਮੈਨੂੰ ਬੰਦ ਅੱਖਾਂ 'ਚੋਂ ਉਹ ਕੁਝ ਦਿਸਣ ਲੱਗ ਪਿਆ ਹੈ ਜੋ ਅਕਸਰ ਹਰੇਕ ਜੀਵ ਨੂੰ ਅੰਤਲੇ ਸਮੇਂ ਦਿਸਦਾ, ਅਤੇ ਮੇਰੀ ਆਤਮਾ ਭੂਆ ਦੀਆਂ ਅੱਖਾਂ ਸਾਹਮਣੇ ਉਡਾਰ ਹੋਣ ਲਈ ਤਿਆਰ ਹੋ ਗਈ ਆ। ਉਹ ਭੂਆ ਜਿਸ ਦੇ ਘਰ ਸਾਰੀ ਉਮਰ ਮੈਂ ਉਸਦੇ ਆਪਣੇ ਪੁੱਤਾਂ ਵਾਂਗ ਵਿਚਰਿਆ, ਬੇਵੱਸ ਹੋਈ ਆਖਰੀ ਵਾਰ ਮੇਰੇ ਸਿੰਘਾਂ ਨੂੰ ਤੇਲ ਨਾਲ ਚੋਪੜ ਕੇ ਵਿਦਾਈ ਦੇਣ ਲਈ ਮਜਬੂਰ ਹੈ। ਸੋ ਇਹ ਸੀ ਕਹਾਣੀ ਉਸ ਬਲਦ ਦੀ ਜੋ ਇੱਕ ਪਰਿਵਾਰਕ ਮੈਂਬਰ ਵਾਂਗ ਹੀ ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਕਰਦਾ ਹੋਇਆ ਉਸਦੀ ਆਰਥਿਕਤਾ ਨੂੰ ਉੱਪਰ ਚੁੱਕਣ ਵਿੱਚ ਯੋਗਦਾਨ ਪਾਉਂਦਾ ਹੈ, ਪਰ ਅੱਜ ਕੱਲ੍ਹ ਉਸਦੀ ਮਹੱਤਤਾ ਬਹੁਤ ਘੱਟ ਗਈ ਹੈ। ਤੁਸੀਂ ਇਸ ਬਦਲਾਅ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਕਿਸ ਤਰ੍ਹਾਂ ਦੀ ਲੱਗੀ ਕਹਾਣੀ ਲਾਈਕ ਕਰਕੇ ਜ਼ਰੂਰ ਦੱਸਿਓ, ਜੇ ਚੰਗੀ ਲੱਗੀ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਅਤੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ। ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚਦੇ ਰਹਿਣਗੀਆਂ। ਬਾਕੀ ਕਹਾਣੀਆਂ ਮੈਂ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ, ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ। ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ।